ਇਹ ਰਿਸ਼ਤੇ ਇੱਕ ਪਰਿਵਾਰ ਵਾਂਗੂ ਬਣ ਗਏ ਇੱਥੇ। ਤੇ ਜਿੰਨੇ ਸਾਲ ਮੈਨੂੰ ਮੌਕਾ ਮਿਲਿਆ ਮੈਂ ਬੜੀ ਸੇਵਾ ਕੀਤੀ ਇੱਥੇ ਗੱਲਾਂ ਦਾ ਉਹਦੀ ਚੀਜ਼ਾਂ ਉਹਦੇ ਬਾਅਦ ਮੇਰੇ ਕੋਈ ਚੀਜ਼ਾਂ ਬਣੀਆਂ ਹੀ ਨਹੀਂ ਜੋ ਆਪਣੀ ਕਿਸੇ ਨੇ ਕੁਝ ਨਹੀਂ ਕੀਤਾ ਆਪਣੀ ਸਰਕਾਰ ਦੇ ਵਿੱਚ ਕਿਸੇ ਨੇ ਡੱਕਾ ਨਹੀਂ ਤੋੜੀ। ਤੋ ਇਸ ਕਰਕੇ ਜਿਹੜਾ ਮੈਂ ਆਹੀ ਕਹਿਣਾ ਚਾਹੁੰਦਾ ਹੈ ਆਪਣੇ ਦੇ ਸਾਰੇ ਚਿੰਬੜ ਕੇ ਝੂਠ ਬੋਲਣ ਦੇ ਸਭ ਤੋਂ ਪਹਿਲੇ ਨੇ ਬੇਅਦਬੀ ਦਾ ਆਪਣੇ ਤੇ ਬੁਲਾਇਆ ਯਾਰ ਕੋਈ ਅਕਾਲੀ ਦਲ ਬੇਅਦਬੀ ਕਰਾ ਸਕਦਾ ਤੇ ਝੂਠ ਬੋਲੀ ਕਿਹੜੇ ਕਹਿੰਦੇ ਸੀ ਕਾਂਗਰਸੀ ਕਿਹੜੇ ਕਹਿੰਦੇ ਸੀ ਝਾੜੂ ਵਾਲੇ ਜਿਹੜਾ ਮੈਨੂੰ ਲੱਗਦਾ ਗੁਰੂ ਘਰ ਦੇ ਮੱਥੇ ਵੀ ਨਹੀਂ ਟੇਕਣ ਜਾਂਦੇ ਤੇ ਅੱਜ ਕੀ ਹੈ ਇਹਨਾਂ ਦੀ ਕਿਸੇ ਹੁਣ 2 ਸਾਲ 5 ਸਾਲ ਕੈਪਟਨ ਦਾ ਰਹਿ ਗਿਆ ਹੁਣ ਇਹਦਾ 3 ਸਾਲ ਹੋ ਗਿਆ ਕਿਸੇ ਇੱਕ ਅਕਾਲੀ ਦੇ ਵਰਕਰ ਦਾ ਚਲਾਨ ਪੇਸ਼ ਹੋ ਗਿਆ ਇਹਨਾਂ ਦੇ ਇੱਕ ਦਾ ਨਾਂ ਆਇਆ ਲੀਡਰ ਦਾ ਨਾਂ ਫਿਰ ਆਪਾਂ ਨੂੰ ਕਹਿੰਦੇ ਕੋਟਕਪੂਰੇ ਵਾਲੇ ਹੁਣ ਇਹਨਾਂ ਦੀ ਸਿੱਟ ਨੇ ਆਪ ਕੱਢ ਕੇ ਕਿਉਂ ਲਿਆਉਂਦੀ ਹੈ ਕਿ ਉਹਨਾਂ ਨੇ ਪੁਲਿਸ ਦੀ SLR ਖੋਹ ਕੇ ਜਿਹੜੇ ਬੰਦੇ ਨੇ ਗੋਲੀ ਵੱਜੀ ਹੈ ਹੁਣ ਵੀਡੀਓ ਆ ਗਈ ਹੈ ਕਿ ਪੁਲਿਸ ਦੀ SLR ਖੋਲ ਕੇ ਜਿਹੜੇ ਉੱਥੋਂ ਬੰਦੇ ਬੈਠੇ ਸੀ ਤੇ ਗੋਲੀ ਸਿੱਧੀ ਚਲਾਈ ਤੇ ਉਹਦੇ ਬੰਦੇ ਵੱਜੀ ਤੇ ਉਹਨੇ ਆਪ ਲਿਖਿਆ ਹੁਣ SID ਜਿਹੜੀ ਆਪਣੇ ਜਿਹੜੇ ਮੈਨੂੰ ਝੂਠਾ ਮੈਂ ਅੱਜ ਮੋਗੇ ਜ਼ਿਲ੍ਹੇ 'ਚ ਜਿੱਥੇ ਮੈਨੂੰ ਲੱਗਦਾ ਹਰ ਪਿੰਡ 'ਚੋਂ ਘੱਟ ਤੋਂ ਘੱਟ 50 ਤੋਂ 100 ਬੱਚੇ ਕੈਨੇਡਾ ਗਏ ਪੜ੍ਹਨ ਵਾਸਤੇ ਅਤੇ ਮੈਂ ਜਿੱਥੇ ਵੀ ਗਿਆ ਅੱਜ ਮੋਗੇ 'ਚ ਬੜਾ ਲੋਕਾਂ ਦੇ ਮਨ 'ਚ ਟੈਨਸ਼ਨ ਜੀ ਹੋਈ ਪਈ ਹੈ ਕਿ ਹੋਊਗਾ ਕੀ ਆਹ ਜਿਹੜਾ ਵੀਜ਼ਾ ਦਾ ਸਿਸਟਮ ਜਾਂ ਜਿਹੜੇ ਮਾਹੌਲ ਹਿੰਦੁਸਤਾਨ ਅਤੇ ਕੈਨੇਡਾ ਨਾਲ ਬਣ ਰਿਹਾ ਲੋਕਾਂ ਦੇ ਵਿੱਚ ਜਿਵੇਂ ਦੇਖੋ ਕਿੰਨੇ ਲੱਖਾਂ ਪਰਿਵਾਰ ਇਫੈਕਟ ਹੈ ਹੁਣ ਸਾਹ ਤਰਸੇਮ ਸਿੰਘ ਰਤੀਆ ਹੈ ਸਾਡੇ ਚੇਅਰਮੈਨ ਇਹਨਾਂ ਦੀ ਵਾਈਫ ਕੈਨੇਡਾ 'ਚ ਹੈ ਉਹਦਾ ਉੱਥੇ ਚੂਲਾ ਟੁੱਟ ਗਿਆ ਅਤੇ ਉਹ ਵਾਪਸ ਲਿਆਉਣਾ ਚਾਹੁੰਦੇ ਪਰ ਉਹਨਾਂ ਕੋਲ ਵੀਜ਼ਾ ਨਹੀਂ ਬੰਦ ਹੋ ਗਏ ਤਾਂ ਲਿਆ ਨਹੀਂ ਸਕਦੇ ਦੇਖੋ ਕਹਿ ਜੀ ਦੁੱਖ ਕੱਲ ਇਕੱਠਾ ਝੇਲ ਰਿਹਾ ਸੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਲਦੀ ਤੋਂ ਜਲਦੀ ਇਹਦਾ ਫੈਸਲਾ ਬਹਿ ਕੇ ਦੋਨੋਂ ਕੰਟਰੀਜ਼ ਬਹਿ ਕੇ ਇਹਦਾ ਸਲਿਊਸ਼ਨ ਲੱਭਣ ਕਿਉਂਕਿ ਲੱਖਾਂ ਦੇਸ਼ ਦੇ ਲੋਕਾਂ ਦੀਆਂ ਉਹ ਜਿਹੜੀਆਂ ਮੁਸ਼ਕਲਾਂ ਵੱਧ ਜਾਣਗੀਆਂ ਲੱਖਾਂ ਲੋਕ ਆਪਣੇ ਦੇਸ਼ ਦੇ ਅਤੇ ਖਾਸ ਕਰਕੇ ਪੰਜਾਬ ਦੇ ਕੈਨੇਡਾ 'ਚ ਰਹਿ ਰਹੇ ਹੈ ਹਰ ਸਾਲ ਆਉਂਦੇ ਹੈ ਜਾਂਦੇ ਹੈ ਸੋ ਆਹ ਟੈਨਸ਼ਨ ਜਿਹੜੀ ਹੈ ਬਹੁਤ ਵੱਡੀ ਹੁਣ ਹੋ ਗਈ ਹੈ ਜਿੱਥੇ ਮੈਂ ਹਾਲਾਤ ਦੇਖਦਾ ਰਿਹਾ ਦੂਜੀ ਗੱਲ ਜਿਹੜੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਹਾਲਾਤ ਅੱਜ ਪੰਜਾਬ ਦੀ ਬਣ ਗਈ 50,000 ਕਰੋੜ ਰੁਪਏ ਦਾ ਕਰਜ਼ਾ ਗਵਰਨਰ ਸਾਹਿਬ ਨੇ ਭਗਵੰਤ ਮਾਨ ਨੇ ਲੈ ਲਿਆ 50,000 ਕਰੋੜ ਜੇ 50,000 ਕਰੋੜ ਦਾ ਕਰਜ਼ਾ ਲਿੱਤਾ ਕੋਈ ਦਿਖਾ ਤਾਂ ਦਿੰਦਾ ਕਿਹੜੀ ਸੜਕ ਬਣਾਈ ਆ ਕੋਈ ਸਕੂਲ ਬਣਾਇਆ ਕੋਈ ਹਸਪਤਾਲ ਬਣਾਇਆ ਜਾਂ ਕੁਛ ਕੁਛ ਨਹੀਂ ਇਕੱਲਾ ਆਪਣੇ 'ਤੇ ਖਰਚੀ ਜਾਂਦਾ 750 ਕਰੋੜ ਤਾਂ ਇਕੱਲੇ ਇਸ਼ਤਿਹਾਰਾਂ 'ਤੇ ਲਾਇਆ ਅੱਜ ਮੈਂ ਸਾਰੇ ਬਾਰਡਰ ਦੇ ਪਿੰਡਾਂ 'ਚ ਮੈਂ ਉੱਧਰ ਵੀ ਜਾ ਕੇ ਆਇਆ ਹਲੇ ਤੱਕ ਮੁਆਵਜ਼ਾ ਨਹੀਂ ਆਇਆ ਪਿਛਲੀ ਕਣਕ ਦਾ ਵੀ ਨਹੀਂ ਆਇਆ ਅੱਜ ਮੈਂ ਮਹਾਰਾਜ ਸੀ ਉੱਥੇ ਮੇਰੇ ਕੋਲ ਕਿਸਾਨ ਮਿਲੇ ਉਹ ਕਹਿੰਦੇ ਪਿਛਲੀ ਕਣਕ ਸਾਡੀ ਤਬਾਹ ਹੋਈ ਸੀ ਤਾਂ ਭਗਵੰਤ ਮਾਨ ਮਹਾਰਾਜ 'ਚ ਆ ਕੇ ਐਲਾਨ ਕਰਕੇ ਗਿਆ ਸੀ ਮੈਂ 15 ਦਿਨਾਂ 'ਚ ਮੁਆਵਜ਼ਾ ਦੇ ਦੂੰਗਾ ਅੱਜ ਪਤਾ ਦੇਖੋ ਕਿੰਨੇ ਮਹੀਨੇ ਹੋ ਗਏ ਆ ਜੋ ਕਹਿੰਦਾ ਕਹਿ ਕੇ ਉਹਦੇ ਬਾਅਦ ਮੁੱਕਰ ਜਾਂਦਾ ਤਾਂ ਭੁੱਲ ਜਾਂਦਾ ਲੱਖਾਂ 1,000 ਕਰੋੜ ਰੁਪਏ ਦਾ ਨੁਕਸਾਨ ਇਸ ਐਕਤੀ ਹੜ੍ਹਾਂ ਨਾਲ ਹੋਇਆ ਲੋਕਾਂ ਨੂੰ ਉਮੀਦ ਸੀ ਕੁਛ ਨਾ ਕੁਛ ਤਾਂ ਆਊਗਾ ਪਰ ਨਹੀਂ ਹਲੇ ਤੱਕ ਕਈ ਜ਼ਿਲ੍ਹਿਆਂ 'ਚ ਗਦੌਰੀਆਂ ਨਹੀਂ ਹੋਈਆਂ ਤੋ ਇਸ ਕਰਕੇ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਅੱਜ ਜਿਹੜੀ ਲੋਅ ਐਂਡ ਆਰਡਰ ਸਿਚੁਏਸ਼ਨ ਹੈ ਹੁਣੀ ਮੈਥੋਂ ਬੋਲਦੇ ਹੁਣੀ ਪਹਿਲੇ ਜਦੋਂ ਮੈਂ ਸਟੇਜ 'ਤੇ ਆਇਆ ਦੱਸ ਰਹੇ ਸੀ ਕਿਵੇਂ ਮੋਗੇ 'ਚ ਸ਼ਾਮ ਨੂੰ ਪਿੰਡਾਂ ਦੇ ਲੋਕ ਘਰ ਬਾਹਰੋਂ ਨਹੀਂ ਨਿਕ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਗੈਂਗਸਟਰ ਜਾਂ ਦੂਜੇ ਲੋਕ ਨਸ਼ੇ ਵਾਲੇ ਵੇਚਣ ਵਾਲੇ ਆਪਾਂ ਨੂੰ ਉਹਨਾਂ ਤੋਂ ਉਹਨਾਂ ਨੂੰ ਅੰਦਰ ਆਪਣਾ ਜਾ ਕੇ ਕੋਈ ਹਮਲਾ ਕਰ ਦਿੰਦਾ ਹੈ ਜਾਂ ਲੁੱਟ ਲੈਂਦਾ ਹੈ ਲੇਡੀਜ਼ ਨਹੀਂ ਜਾ ਸਕਦੀਆਂ ਬੱਚੇ ਡਰੀ ਜਾਂਦੇ ਆ ਬਾਹਰ ਜਾਣ ਨੂੰ ਨਸ਼ਾ ਓਪਨ ਹੋ ਗਿਆ ਖੁੱਲ੍ਹ ਗਿਆ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ MLA ਹੈ ਉਹ ਸਾਰੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਬੰਨ ਲਿਆ ਉਹਨਾਂ ਨੇ SHO ਨੂੰ ਕਹਿਤਾ ਕਿ ਇਹਨਾਂ ਨੂੰ ਨਹੀਂ ਫੜਨਾ ਜੇ ਇਹ ਜੀ ਸਰਕਾਰ ਹੀ ਲੁੱਟਣ ਲੱਗ ਜੂਗੀ ਸਰਕਾਰ ਦੇ MLA ਹੀ ਹਾਲਾਤ ਕਰ ਦੇਣਗੇ ਅਤੇ ਪੰਜਾਬ ਕੀ ਹੋਊਗਾ ਪੰਜਾਬ ਬਾਦਲ ਸਾਹਿਬ ਪਰ ਪਿੱਛੇ CM ਸਾਹਿਬ ਦਾ ਇੱਕ ਸਟੇਟਮੈਂਟ ਆਈ ਸੀਗੀ ਕਿ ਲਾਅ ਐਂਡ ਆਰਡਰ ਨੂੰ ਦੇਖਿਆ ਜਾਵੇ ਤਾਂ ਗੁਜਰਾਤ ਪਹਿਲੇ ਨੰਬਰ ਦੇ ਉੱਤੇ ਆਉਂਦਾ ਔਰ ਪੰਜਾਬ ਦੂਸਰੇ ਨੰਬਰ 'ਤੇ ਆਉਂਦਾ ਕ੍ਰਾਈਮ ਦੇ ਵੇਖਿਆ ਜਾਵੇ ਮੁੱਖ ਮੰਤਰੀ ਨੂੰ ਤਾਂ ਪਤਾ ਹੀ ਨਹੀਂ
खाधी पीती च कोई मर्जी स्टेटमेंट देता है उन्होंने कोई पता ही नहीं कह की रहा है कहता कुछ है अगले दिन उन पूछ लो की क्या है उन्होंने आई नहीं पता होगा मैं क्या की है मैं टीवी देखा जिथे चड्डा साहब कह रहे कि मैं सब तो गरीब एम पी मैं ही हाँ मेरी ओरी रिटर्न देखो एम पी सब तो गरीब मेरे को गड्डी नहीं है त्या ते तुसी जाके कला आओ उन्हां दा जिहड़ा व्याह हो रहा जिथे जिहड़े होटलां च उन्हां दा किराया ही पता कर लो किन्ने दा करोड़ां रुपये दो दिन खट्टे खर्चे जा रहे करोड़ां रुपये ते वड्डी गल है पंजाब पुलिस सारी उत्थे गई है पांच छे सौ बंदा पंजाब पुलिस दा उत्थे उत्थे गया है की चीज रागा चड्डा पंजाब वास्ते दिल्ली दा ते उहदे व्याह वास्ते सारी पंजाब पुलिस दा देखो किन्ना खर्चा होगा ते जिहड़ा पैसा खर्च रहा कौन खर्च रहा है किहड़ा इंडस्ट्रियल खर्च रहा है तो इस करके सारे खर्चा पंजाब गवर्नमेंट ते पै रहा होगा पता नहीं कोई पता नहीं सारे एक लास्ट सवाल है मेरा जे आप गल करिए बेअदबी दी बड़ी गल होंदी सी कल फिर हुशियारपुर दे विच होई बेअदबी देखो जय जी पुलिस काम कर रही है डारी चक्या गया पुलिस का क्योंकि पुलिस का कंट्रोल हुण सरकार दा लोकां दा ही भुल लोक ही विश्वास करना छड़ गया तो घटना जी हो रही हैं मैं स्ट्रोंगली निंदा करता है तो मैं उन्होंने पूछना चाहना है उस पार्टियां जिहड़े अकाली दल से बिलोंग करते वो बाबे किधर गए जिहड़े लोग किधर गए जिहड़े उदों धरना दिंदे हुण क्यों नहीं दिंदे थैंक यू थैंक यू